भारत माता की जय 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 वंदे मातरम वंदे मातरम भारत एक नया युग नया इतिहास लिख ਰਿਹਾ ਹੈ ਚੰ드ਰੀਆਨਥੀ ਦੀ ਕਾਮਯਾਬੀ ਨੂੰ ਕਿਸ ਤਰ੍ਹਾਂ ਸੈਲੀਬ੍ਰੇਟ ਕੀਤਾ ਗਿਆ ਤੁਹਾਡੇ ਵੱਲੋਂ ਤੁਹਾਡੀ ਟੀਮ ਵੱਲੋਂ ਸਾਡੀ ਲੁਧਿਆਣਾ ਕੀਮਰਪੁਰ ਡਿਸਟ੍ਰਿਬਿਊਟਰ ਐਸੋਸੀਏਸ਼ਨ ਦੀ ਤਰਫੋਂ ਅੱਜ ਕੇਕ ਕੱਟ ਕੇ ਅਸੀਂ ਸੈਲਿਬ੍ਰੇਟ ਕੀਤਾ ਪੂਰੀ ਸਾਡੀ ਐਲਸੀਪੀਡੀਏ ਟੀਮ ਅਮਿਤ ਗੋਇਲ ਜੀ ਰਜੀਵ ਮਿੱਤਲ ਜੀ ਅਸ਼ੀਸ਼ ਸਿੰਗਲਾ ਜੀ ਤੇ ਨਵੀਨ ਨੰਦ ਜੀ ਦੁਆਰਾ ਅਸੀਂ ਪੂਰਾ ਇੱਕ ਜਸ਼ਨ ਮਨਾਇਆ ਤੇ ਚੰਡਾ ਲਹਿਰਾ ਕੇ ਮੋਦੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਆਪਣੇ ਸੈਂਟਿਸਟਸ ਦਾ ਵੀ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇੱਕ ਸਾਡੇ ਦੇਸ਼ ਦਾ ਨਾਮ ਵਰਡ ਦੇ ਵਿੱਚ ਕਾਮਯਾਬ ਕੀਤਾ ਇਸ ਰੋ ਦੀ ਪੂਰੀ ਟੀਮ ਮਾਰੀ ਗਿਆ ਚਾਹਾਂ इसरो दी पूरी टीम जिन्ना ने पूरा दिन रात लगन लाके 4 सालਾਂ ਦੇ ਵਿੱਚ ਇਨੀ ਮਗਧ ਦੇ ਨਾਲ ਅੱਜ ਕਾਮਯਾਬ ਪਾਇਆ ਇਹਦੇ ਵਿੱਚ ਸਾਡਾ ਇੱਕ ਬਹੁਤ ਜ਼ਿਆਦਾ ਸਾਨੂੰ ਇੱਕ ਫਕਰ ਮਹਿਸੂਸ ਹੋ ਰਿਹਾ ਕਿ ਅਸੀਂ ਵਰਲਡ ਦੇ ਵਿੱਚ ਅੱਜ ਹਿੰਦੁਸਤਾਨ ਦੇ ਵਿੱਚ ਅਸੀਂ ਆਪਣੇ ਨੂੰ ਵਰਲਡ ਦੇ ਵਿੱਚ ਕਾਮਯਾਬ ਸਮਝਦੇ ਪਏ ਮੇਰਾ ਨਾਮ ਨਵੀਨ ਆਨੰਦ ਹੈ ਔਰ ਮੈਂ ਐਲਸੀਪੀਡੀ ਐਸੋਸੀਏਸ਼ਨ ਦੇ ਨਾਲ ਮੈਂ ਐਸੋਸੀਏਟ ਹਾਂ ਔਰ ਮੈਂ ਪੂਰੇ ਭਾਰਤਵਰਸ਼ ਨੂੰ ਮਤਲਬ ਕਿ ਮੇਰੇ ਵੱਲੋਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦੇਣਾ ਚਾਹੁੰਦਾ ਹਾਂ ਸਪੈਸ਼ਲੀ ਇਸਰੋ ਨੂੰ ਜਿਨ੍ਹਾਂ ਨੇ ਚੰ드ਰਯਾਨ 3 ਮਤਲਬ ਕਿ ਆਪਣੀ ਸਹੀ ਮੰਜ਼ਿਲ ਤੱਕ ਪਹੁੰਚਾਇਆ ਸਾਊਥ ਪੋਲ ਜਿੱਤੇ ਤੱਕ ਵਰਲਡ ਦਾ ਕੋਈ ਵੀ ਹਜੇ ਤੱਕ ਯਾਨ ਜਿਹੜਾ ਹੈ ਉਹ ਨਹੀਂ ਪਹੁੰਚ ਪਾਇਆ ਹਿੰਦੁਸਤਾਨ ਹਮੇਸ਼ਾ ਹੀ ਨੰਬਰ 1 ਰਿਹਾ ਹੈ ਔਰ ਅੱਗੇ ਵੀ ਨੰਬਰ 1 ਰਹੇਗਾ ਸਾਨੂੰ ਹਿੰਦੁਸਤਾਨ ਤੇ ਬਹੁਤ ਮਾਣ ਹੈ ਇਸਰੋ ਤੇ ਬਹੁਤ ਮਾਣ ਹੈ ਸਾਨੂੰ ਸਾਡੀ ਸਰਕਾਰ ਤੇ ਬਹੁਤ ਮਾਣ ਹੈ ਔਰ ਮੈਂ ਪੂਰੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦੇਣਾ ਚਾਹੁੰਦਾ ਹਾਂ ਜੋ ਅਸੀਂ ਚੰ드ਰਯਾਨ 3 ਪਹਿਲੀ ਵਾਰੀ ਮੈਂ ਕਿ ਸਾਊਥ ਪੋਲ ਤੇ ਪਹੁੰਚਾਇਆ ਹੈ ਜਿੱਥੇ ਅਜ ਤੱਕ ਅਮਰੀਕਾ ਚਾਈਨਾ ਔਰ ਹੋਰ ਕਈ ਦੇਸ਼ ਦੇ ਵੀ ਯਾਨ ਜਿਹੜੇ ਹੈ ਚੰਦਰਯਾਨ ਤੱਕ ਨਹੀਂ ਪਹੁੰਚ ਪਾਏ ਸੋ ਮੈਂ ਫਿਰ ਤੋਂ ਇਸਰੋ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦੇਣਾ ਬਹੁਤ-ਬਹੁਤ ਧੰਨਵਾਦ ਮੈਂ ਮੁਕੇਸ਼ ਕੁਮਾਰ ਐਲਸੀਪੀਡੀ ਤੋਂ ਲੁਧਿਆਣਾ ਕੰਜ਼ੂਮਰ ਪ੍ਰੋਡਕਟ ਡਿਸਟ੍ਰੀਬਿਊਟਰ ਐਸੋਸੀਏਸ਼ਨ ਤੋਂ ਬੋਲ ਰਿਹਾ ਹਾਂ ਅੱਜ ਸਾਡੇ ਦੇਸ਼ ਨੇ ਉਹ ਉਪਲਬਧੀ ਹਾਸਲ ਕੀਤੀ ਹੈ ਜੋ ਦੁਨੀਆ ਦੇ ਵਿੱਚ ਕੋਈ ਵੀ ਹਾਸਲ ਨਹੀਂ ਕਰ ਪਾਇਆ ਦਰਜਨਾ ਕੋਸ਼ਿਸ਼ਾਂ ਹੋਣ ਤੋਂ ਬਾਅਦ ਅੱਜ ਹਿੰਦੁਸਤਾਨ ਦਾ ਯਾਨ ਚੰ드ਰੀਆਨ 3 ਸਾਊਥ ਪੋਲ ਦੇ ਉੱਪਰ ਲੈਂਡ ਕਰ ਚੁੱਕਾ ਹੈ ਜੋ ਕਿ ਸਾਡੇ ਵਾਸਤੇ ਬਹੁਤ ਗਰਵ ਦੀ ਗੱਲ ਹੈ ਅੱਜ ਤਿਰੰਗਾ ਚੰਦ ਪਰ ਹੈ ਇਸ ਤੋਂ ਵੱਡੀ ਗੱਲ ਦੁਨੀਆ 'ਚ ਹੋ ਨਹੀਂ ਸਕਦੀ ਔਰ ਸਾਨੂੰ ਫਕਰ ਹੈ ਔਰ ਇਹ ਇਤਿਹਾਸ 'ਚ ਲਿਖਿਆ ਜਾਏਗਾ ਸਭ ਤੋਂ ਖਾਸ ਗੱਲ ਇਹ ਹੈ ਅੱਜ ਤੱਕ ਅਸੀਂ ਲੋਕਾਂ ਦੀਆਂ ਗੱਲਾਂ ਆਪਣੇ ਸਕੂਲ ਦੀਆਂ ਕਿਤਾਬਾਂ 'ਚ ਪੜ੍ਹਦੇ ਰਹੇ ਸੀਗੇ ਹੁਣ ਚੰਦਰਯਾਨ ਦੀਆਂ ਗੱਲਾਂ ਪੂਰੀ ਦੁਨੀਆ ਆਪਣੀਆਂ ਕਿਤਾਬਾਂ 'ਚ ਆਪਣੇ ਬੱਚਿਆਂ ਨੂੰ ਪੜ੍ਹਾਏਗੀ ਇਹ ਸਭ ਤੋਂ ਵੱਡੀ ਗੱਲ ਹੈ ਔਰ ਇਹ ਸਭ ਤੋਂ ਵੱਡੀ ਜਿੱਤ ਹੈ ਇਸ ਚੀਜ਼ 'ਤੇ ਮੈਨੂੰ ਬਹੁਤ ਜ਼ਿਆਦਾ ਫਕਰ ਹੈ ਜੈ ਹਿੰਦ ਜੈ ਭਾਰਤ ਨਮਸਕਾਰ ਜੀ ਮੇਰਾ ਨਾਮ ਅਮਿਤ ਗੋਇਲ ਹੈ ਮੈਂ ਐਲਸੀਪੀਡੀਏ ਲੁਧਿਆਣਾ ਦਾ ਜਨਰਲ ਸੈਕਟਰੀ ਹਾਂ ਅੱਜ ਅਸੀਂ ਤੇ ਸਾਡੀ ਟੀਮ ਨੇ ਕੇਕ ਕੱਟ ਕੇ ਇਸਰੋ ਦੇ ਇਸ ਮਹਾਨ ਉਪਲਬਧੀ ਤੇ ਜਸ਼ਨ ਮਨਾਇਆ ਤੇ ਅਸੀਂ ਬਹੁਤ ਬਹੁਤ ਮੁਬਾਰਕ ਦਿੰਨੇ ਆ ਇਸਰੋ ਨੂੰ ਅੱਜ ਅਸੀਂ ਬਹੁਤ ਮਤਲਬ ਆਪਣੇ ਆਪ ਚ ਫਕਰ ਮਹਿਸੂਸ ਕਰ ਰਹੇ ਹਾਂ ਵੀ ਜੋ ਵਧਾਈ ਸਾਨੂੰ ਬਾਹਰਲੇ ਦੇਸ਼ਾਂ ਤੋਂ ਆ ਰਹੀ ਅਮਰੀਕਾ ਕੈਨੇਡਾ ਚਾਈਨਾ ਅਲੱਗ-ਅਲੱਗ ਦੇਸ਼ਾਂ ਤੋਂ ਪਹਿਲੀ ਵਾਰ ਹੋਇਆ ਸ਼ਾਇਦ ਵੀ ਪਾਕਿਸਤਾਨ ਵੀ ਅੱਜ ਹਰ ਬੰਦਾ ਇੰਡੀਆ ਦੀ ਤਾਰੀਫ ਕਰ ਰਿਹਾ ਇਹ ਕਟਾਫ ਲਉਦੀ ਨਹੀਂ ਤੇ ਇੱਚ ਅਸੀਂ ਵੀ ਜਿੱਤ ਰਿਆਂ ਤੇ ਮੋਦੀ ਜੀ ਵੀ ਜਿੱਤ ਹੈ ਤੇ ਪੂਰੇ ਭਾਰਤ ਦੀ ਵੀ ਜਿੱਤ ਹੈ ਧੰਨਵਾਦ